ਮੈਂ ਜਿਹੜੀ ਸਪਰੇ ਨਹੀਂ ਹੁੰਦੀ ਡੈਡੀ ਵਾਰ ਕਰਦੇ ਹਾਂ ਫਸਲ ਤੇ ਉਹ ਪੀਲੀ ਸੀ ਮੈਂ ਆਰਮੀ ਚ ਸੀਗੀ ਨਾ ਤੇ ਐਕਸੀਡੈਂਟ ਤੋਂ ਬਾਅਦ ਵੀਲਸ ਹੱਤਿਆ ਗਏ ਨਹੀਂ ਸਾ ਉਧਰ ਕੁਛ ਨਹੀਂ ਮਿਲਿਆ ਮਤਲਬ ਸਰਕਾਰ ਨੂੰ ਕਿਹਾ ਵੀ ਸੀਗਾ ਉਹਨਾਂ ਨੇ 10000 ਰੁਪਏ ਦਾ ਜ਼ਰੂਰ ਦਿੱਤਾ ਏ ਮੈਂ ਕਰ ਇਦਾਂ ਹੀ ਸੋਚਦੇ ਰਹਿੰਦੇ ਸੀ ਕੀ ਕਰਨਾ ਕੀ ਨਹੀਂ ਕਰਨਾ ਇੱਕ ਦੋ ਵਾਰ ਸੁਸਾਇਡ ਕਰਨ ਦੀ ਕੋਸ਼ਿਸ਼ ਕੀਤੀ ਹੁਣ ਉਹ ਤੇ ਫਿਰ ਸਟੱਡੀ ਫ੍ਰੀ ਆ ਤੁਹਾਡੀ ਹਾਂਜੀ ਆ ਸਟੱਡੀ ਫ੍ਰੀ ਆ ਰਹਿਣਾ ਫ੍ਰੀ ਆ ਬਸ ਖਾਣੇ ਦਾ ਖਰਚਾ ਹੈਗਾ ਹੀ ਬੀਐਨਓ ਮੀਡੀਆ ਗਰੁੱਪ ਨਾਲ ਜੁੜੇ ਸਾਰੇ ਸੱਜਣਾਂ ਦਾ ਸਵਾਗਤ। ਦੋਸਤੋ ਮੈਂ ਸੁਖਨਾਪ ਸਿੰਘ ਸਿੱਧੂ ਅੱਜ ਪਿੰਡ ਕੁਦੂਵਾਲਾ ਨੇੜੇ ਸਾਦਕ ਜ਼ਿਲ੍ਹਾ ਫਰੀਦਕੋਟ ਇੱਥੋਂ ਤੁਹਾਡੇ ਨਾਲ ਸਾਂਝ ਪਾ ਰਿਹਾ। ਤੇ ਇੱਥੇ ਅਸੀਂ ਖੜੇ ਹਾਂ ਉਸ ਘਰ ਦੇ ਵਿੱਚ ਜਿਹੜਾ ਸਰਦਾਰ ਬਲਬੀਰ ਸਿੰਘ ਦਾ ਘਰ ਹੈ। ਬਲਬੀਰ ਸਿੰਘ ਦੁੱਧੀ ਸੀ, ਦੁੱਧ ਪਾਉਂਦੇ ਹੁੰਦੇ, ਪਰਿਵਾਰ ਦਾ ਗੁਜ਼ਾਰਾ ਚੱਲਦਾ ਸੀ। 9 ਕਨਾਲਾਂ ਜ਼ਮੀਨ ਹੈ, ਇੱਕ ਕਿੱਲਾ ਤੇ ਇੱਕ ਕਨਾਲ। ਉਦੋਂ ਬਾਅਦ ਹਾਲਾਤ ਇਹੋ ਜਿਹੇ ਬਣੇ ਕਿ ਉਹਨਾਂ ਦੀਆਂ ਦੋ ਧੀਆ ਤੇ ਇੱਕ ਪੁੱਤ। ਪੁੱਤ ਛੋਟਾ ਬਚਕਾਰ ਲਈ ਤੀਸੀ ਜਿਹੜੀ ਉਹ ਫੌਜ ਚ ਭਰਤੀ ਹੋ ਗਈ ਜਿਹੜੇ ਦਿਨ ਜੋਇਨਿੰਗ ਕਰਨ ਜਾਂਦੀ ਹੈ 2016 ਦੀ ਘਟਨਾ ਮੋਟਰਸਾਈਕਲ ਦਾ ਐਕਸੀਡੈਂਟ ਹੋ ਜਾਂਦਾ ਮੋਟਰਸਾਈਕਲ ਤੋਂ ਡਿੱਗ ਪੈਂਦੀ ਹੈ ਉਹ ਨਹੀਂ ਡਿੱਗਦੀ ਫਿਰ ਸਾਰੇ ਟੱਬਰ ਦੀ ਕਿਸਮਤ ਡਿੱਗ ਪੈਂਦੀ ਹੈ ਤੇ ਉਸ ਤੋਂ ਬਾਅਦ ਉਹ ਕੁੜੀ 휠ਚੇਅਰ ਤੇ ਹੈ ਪਰਿਵਾਰ ਨੇ ਬਹੁਤ ਮਿਹਨਤ ਕੀਤੀ ਉਹਨੂੰ ਸੰਭਾਲਣ ਦੇ ਵਿੱਚ ਦੇਸ਼ ਤੇ ਵਿਦੇਸ਼ ਤੇ ਲੋਕਾਂ ਨੇ ਬੜਾ ਸਾਥ ਉਸ ਕੁੜੀ ਦਾ ਦਿੱਤਾ ਮਾਪਿਆਂ ਦਾ ਦਿੱਤਾ ਕਿਉਂਕਿ ਆਰਥਿਕ ਪੱਖੋਂ ਇਹ ਗਰੀਬ ਪਰਿਵਾਰ ਹੈ ਘਰ ਦੇ ਹਾਲਾਤ ਤੁਸੀਂ ਖੁਦ ਦੇਖ ਸਕਦੇ ਹੋ ਕਿਹੋ ਜਿਹੇ ਮੈਂ ਪਹਿਲਾਂ ਢੀੜਾ ਕੱਢਿਆ ਤਾਂ ਇਹਨਾਂ ਦਾ ਘਰ ਦਾ ਬਾਥਰੂਮ ਆ ਜਿਹੜਾ ਉਹ ਵੀ ਟੁੱਟਿਆ ਪਿਆ ਬਾਕੀ ਵੀ ਜਿਹੜੀ ਸਥਿਤੀ ਹੈ ਉਹ ਤੁਹਾਡੇ ਸਾਹਮਣੇ ਆ ਸੋ ਇਹੋ ਜੇ ਪਰਿਵਾਰ ਦੀ ਗੱਲ ਅਸੀਂ ਤੁਹਾਡੇ ਸਾਹਮਣੇ ਤਾਂ ਰੱਖਦੇ ਆ ਕਿ ਲੋੜਵੰਦ ਲੋਕਾਂ ਦਾ ਇੱਕ ਤਾਂ ਸਹਿਯੋਗ ਹੋ ਜੇ ਦੂਜਾ ਇਹ ਹੈ ਕਿ ਇਹੋ ਜੇ ਲੋਕਾਂ ਨੂੰ ਹਲਾਸ਼ੇਰੀ ਮਿਲ ਜਵੇ ਸੁਖਦੀਪ ਕੀ ਹਾਲ ਹੈ ਹਾਂਜੀ ਸਰ ਵਧੀਆ ਹੈ ਪਹਿਲਾਂ ਵੀ ਆਪ ਮਿਲ ਸਕਕੇ ਆ ਬਟ ਥੈਂਕ ਯੂ ਤੁਸੀਂ ਫੇਰ ਆਇਓ ਵੀਰ ਕੱਲ ਉਦੋਂ ਤੁਸੀਂ ਬੈਠਦੇ ਸੀ ਹਾਂਜੀ ਤੇ ਉਦੋਂ ਪਹਿਲਾਂ ਸੁਪਨੇ ਸੀ ਹਨਾ ਜਦੋਂ ਤੁਹਾਡੇ ਨਾਲ ਇਹੋ ਜਿਹਾ ਪਾਣਾ ਵਰਤ ਗਿਆ ਹਾਂਜੀ ਸਰ ਤੇ ਆਪਾਂ ਗੱਲ ਉੱਥੋਂ ਸ਼ੁਰੂ ਕਰੀਏ ਕਿ ਅੱਜ ਤੁਸੀਂ ਕੀ ਕਰ ਰਹੇ ਹੋ ਕਰਨਾ ਕੀ ਚਾਹੁੰਦੇ ਸੀ ਹਾਲਾਤ ਕਿਧਰੋਂ ਕਿਧਰ ਨੂੰ ਲੈ ਗਏ ਪਹਿਲਾਂ ਜਿੱਦਾਂ ਮੈਂ ਆਰਮੀ 'ਚ ਸੀਗੀ ਨਾ ਤੇ ਐਕਸੀਡੈਂਟ ਤੋਂ ਬਾਅਦ ਵੀਲਸ ਇੱਤਿ ਆ ਗਏ ਅੱਛਾ ਉਦੋਂ ਭਰਤੀ ਹੋ ਗਿਆ ਸੀ ਤੁਸੀਂ ਹਾਂਜੀ ਹਾਂ ਇੰਦਾ ਸੀਗਾ ਕਿ ਮੇਰੀ ਸਿਲੈਕਸ਼ਨ ਸੀਗੀ ਮਤਲਬ ਹੋ ਗਿਆ ਸੀ ਮੇਰੀ ਜੁਆਇਨਿੰਗ ਹੋ ਗਈ ਸੀ ਤਾਂ ਜਿੱਦਾਂ 10 4 ਤਰੀਕ ਨੂੰ ਮੇਰੀ ਜਨਰਲ ਲੈਟਰ ਆਇਆ ਸੀ 4 ਤਰੀਕ ਨੂੰ ਜੁਆਇਨਿੰਗ ਦਾ ਸੀ 3 ਤਰੀਕ ਨੂੰ ਮੇਰਾ ਐਕਸੀਡੈਂਟ ਹੋ ਗਿਆ ਸੀ ਫਿਰ ਮੈਂ ਜਾ ਨਹੀਂ ਪਾਈ ਉਕੇ ਹਾਂ ਜੀ ਉਹ ਡਰਾਈਵਨ ਕਰ ਹੀ ਨਹੀਂ ਸਕੇ ਹਾਂ ਜੀ ਹਾਂ ਉਹ ਤੋਂ ਬੈਨੀਫਿਟ ਮਿਲਿਆ ਕੋਈ ਉਹਦਾ ਨਹੀਂ ਸਾ ਉਧਰੋਂ ਕੁਝ ਨਹੀਂ ਮਿਲਿਆ ਮਤਲਬ ਸਰਕਾਰ ਨੂੰ ਕਿਹਾ ਵੀ ਸੀਗਾ ਉਹਨਾਂ ਨੇ 10000 ਰੁਪਏ ਦਾ ਜ਼ਰੂਰ ਦਿੱਤਾ ਏ ਬਟ ਦੂਜਾ ਦਾ ਕੁਝ ਨਹੀਂ ਹੋਇਆ ਈ व्हीਲਚੇਅਰ ਤੇ ਆਉਣ ਦਾ ਕਾਰਨ ਕੀ ਸੀ ਉਹ ਐਕਸੀਡੈਂਟ ਕਿੱਥੇ ਤੇ ਕਿਵੇਂ ਹੋਇਆ ਸੀ ਇਹ ਦਸੀ ਮੈਂ ਬਾਈਕ ਤੇ ਜਾ ਰਹੀ ਸੀ ਤੇ ਮੋੜ ਆ ਗਿਆ ਰਸਤੇ 'ਚ ਮੇਰਾ ਧਿਆਨ ਨਹੀਂ ਰਿਹਾ ਬਾਈਕ نیچے ਗਿਰ ਗਈ ਮੈਂ ਜਾ ਰਹੀ ਸੀ ਨਾ ਜੁਆਇਨਿੰਗ ਲਈ ਬੋਲ ਰਹੀ ਹੂੰ ਚਾਤ੍ਰਿਕ ਨੂੰ ਮੇਰੀ ਜੁਆਇਨਿੰਗ ਸੀ ਤੈਨੂੰ ਟਿਕ ਨੂੰ ਮੈਂ ਜਾ ਰਹੀ ਸੀ ਸਾਰ ਨੂੰ ਮਿਲਣ ਵਾਸਤੇ ਤੇ ਉਹ ਜਿਹੜਾ ਅਸੀਂ ਜਾਂਦੇ ਬਾਈਕ ਮੇਰਾ ਡ੍ਰੇਂਜ ਡਿੱਗ ਗਿਆ ਮਤਲਬ ਕੰਟਰੋਲ ਨਹੀਂ ਰਿਹਾ ਕਿੱਦਾਂ ਵੀ ਪਤ ਨਹੀਂ ਚੱਲ ਚੋ ਵੀ ਹੋ ਗਿਆ ਬਟ ਸਪੈਨਿੰਗ ਜਰੀ ਹੋ ਗਈ ਫਿਰ ਉਸ ਤੋਂ ਬਾਅਦ ਬੀਲ ਸੇ ਤੇ ਆ ਗਏ ਲੰਮਾ ਟਾਈਮ ਸਾਨੂੰ ਬੈਡ ਤੇ ਰਹਿਣਾ ਪਿਆ ਹਸਪੀਟਲਸ ਦੇ ਚੱਕਰ ਘਟਨੇ ਪਏ ਡਾਕਟਰਾਂ ਨੇ ਤਾਂ ਹੱਥ ਹੀ ਖੜੇ ਕਰਤੇ ਸੀ ਹਾਂਜੀ ਹਾਂ ਸਰ ਉਦੋਂ ਵੀ ਇਦਾਂ ਸੀਗਾ ਕਿ ਹੈ ਨਹੀਂ ਸੀ ਪਾਪਾ ਕੋਲ ਜਿੰਨੇ ਪੈਸੇ ਸੀ ਲਗਾਤੇ ਵੈਨਰਾਈ ਨੇ ਹੈਲਪ ਕੀਤੀ ਫਿਰ ਜਾ ਕੇ ਬਿਲਕੁਲ ਉਦੋਂ ਵੀ ਤੁਸੀ ਮੇਰੀ ਹੈਲਪ ਕਰਵਾਈ ਫਿਰ ਜਾ ਕੇ ਬੈਸੇ ਹੋਏ ਫਿਰ ਮੈਂ ਵੀਲਚਰ ਤੇ ਬੈਠਣ ਜੋਗ ਹੋਈ ਨਹੀਂ ਤਾਂ ਪਹਿਲਾਂ ਇੰਨਾ ਵੀ ਨਹੀਂ ਸੀਗਾ ਤੇ ਫਿਰ ਇਦਾਂ ਸੀ ਮੈਂ ਘਰੇ ਇਦਾਂ ਹੀ ਸੋਚਦੇ ਰਹਿੰਦੇ ਸੀ ਕੀ ਕਰਨਾ ਕੀ ਨਹੀਂ ਕਰਨਾ ਇੱਕ ਦੋ ਵਾਰ ਸੁਸਾਇਡ ਕਰਨ ਦੀ ਕੋਸ਼ਿਸ਼ ਕੀਤੀ ਕਿ ਕੀ ਕਰਨਾ ਹੈ ਇਦਾਂ ਦੀ ਲਾਈਫ ਜਿਵੇਂ ਕਿ ਜਦ ਕੋਈ ਆ ਹੀ ਨਹੀਂ ਫਿਰ ਉਦੋਂ ਬਾਅਦ ਦੇ ਵਿੱਚ ਮੈਂ ਪਿੰਗਰਵਾੜੇ ਗਈ ਵੀ ਰਿਚਰ ਨਹੀਂ ਚਲਾਣੀ ਆਂਦੀ ਸੀ ਮੈਨੂੰ ਉੱਥੇ ਇੱਕ ਸਾਰ ਮਿਲੇ ਮੈਂ ਉਹ ਕਹਿੰਦੇ ਵੀ ਤੁਸੀਂ ਬੜੇ ਪਰੇਸ਼ਾਨ ਜੇ ਰਹਿੰਦੇ ਆ ਉੱਥੇ ਜਾ ਕੇ ਮੈਂ ਪਰੇਸ਼ਾਨ ਰਹਿਣ ਉਹਨਾਂ ਨੇ ਮੈਨੂੰ ਸਮਝਾਇਆ ਕਿ ਤੁਸੀਂ ਅਬਲੀ ਚ ਯੂਨੀਵਰਸਿਟੀ ਚਲੇ ਜਾਓ ਨਾਲੇ ਤੋਂ ਉੱਥੇ ਸਟੱਡੀ ਹੋਊਗੀ ਨਾਲੇ ਤੁਹਾਡਾ ਅੱਗੇ ਜੀਵਨ ਬਣ ਜਾਊਗਾ। ਤੋਂ ਮੈਂ ਪਿੰਗਲਵਾੜੇ ਰਹਿਣ ਵਾਸਤੇ ਚਲੀ ਗਈ ਸੀ। ਨਹੀਂ ਪਿੰਗਲਵਾੜੇ ਰਹਿਣ ਵਾਸਤੇ ਨਹੀਂ ਮੈਂ ਗਈ ਤਾਂ ਐਕਸਰਸਾਈਜ਼ ਵਾਸਤੇ ਸੀ। ਪਰ ਉੱਥੇ ਜਾ ਕੇ ਫਿਰ ਮੈਂ ਸੋਚਿਆ ਮੈਂ ਨਹੀਂ ਆਉਂਗੀ ਵਾਪਸ। ਤੇ ਉਸਦੇ ਬਾਅਦ ਤੋਂ ਕਹਿੰਦੇ ਨਹੀਂ ਵੀ ਲਾਈਫ ਇੱਥੋਂ ਦੀ ਕਿੰਨੀ ਹੁੰਦੀ ਹੈ ਜ਼ਿੰਦਗੀ ਚੱਲੇ ਤੁਸੀਂ ਬੱਚੇ ਆ ਤੁਹਾਨੂੰ ਨਹੀਂ ਪਤਾ ਲਾਈਫ ਬਾਰੇ। ਤੇ ਉਹਨਾਂ ਨੇ ਫਿਰ ਅੱਗੇ ਮੈਨੂੰ ਦੱਸਿਆ ਕਿ ਤੁਸੀਂ ਦਿਵਿੰਦਰ ਸਾਰਾ ਪਹਿਲੇ ਸਤਨਾਮ ਸਰ ਤੋਂ ਹੈਲਪ ਲੀ ਸੀ ਸਤਨਾਮ ਸਰ ਨੇ ਉਹਨਾਂ ਮੈਨੂੰ ਉੱਥੇ ਪੀਜਿਆ ਫਿਰ ਉੱਥੇ ਦਵਿੰਦਰ ਸਰ ਮਿਲੇ ਫਿਰ ਉਹਨਾਂ ਨੇ ਮੈਨੂੰ ਦਿਵਕਰ ਸਰ ਬਾਰੇ ਦੱਸਿਆ ਦਿਵਕਰ ਸਰ ਨੇ ਫਿਰ ਮੇਰੀ ਪਿੰਗਲ ਸੌਰੀ ਉਹਦੇ ਚ ਐਲਪੀਯੂ ਚ ਯੂਨੀਵਰਸਿਟੀ ਸੈਡਮਿਸ਼ਨ ਕਰਾਈ ਫਿਰ ਮੈਨੂੰ ਪਹਿਲੇ ਹੀ 6 ਸਾਲ 6-7 ਸਾਲ ਹੋ ਗਏ ਸੀ ਮੈਂ ਘਰੇ ਇਦਾਂ ਹੀ ਸੀ ਹੁਣ ਤੁਸੀਂ ਕਦੋਂ ਤੋਂ ਬੈਟ ਤੇ ਸੀਗੇ ਉਹ ਜਿਹੜਾ ਐਕਸੀਡੈਂਟ ਹੋਇਆ ਉਹ 16 ਚ ਹੋਇਆ ਸੀ ਹਾਂਜੀ 2016 ਚ ਹੋਇਆ 2016 ਤੋਂ ਲੈ ਕੇ ਹੁਣ ਜਾਕੀ ਮੈਨੂੰ 1 ਸਾਲ ਹੋਇਆ ਉੱਥੇ ਜਾਂਦੇ ਨੂੰ ਯੂਨੀਵਰਸਿਟੀ LPUs ਮੈਨੂੰ ਸਾਲ ਹੋ ਗਿਆ ਸੀ ਉਹਨਾਂ ਮਤਲਬ ਕਿ ਪਹਿਲੇ ਪਹਿਲੇ ਸਮੈਸਟਰ ਦੇ ਵੀ ਐਗਜ਼ਾਮ ਦੇਤੇ ਤੇ ਸੈਕੰਡ ਦੇ ਹੁਣ ਲੈ ਕੇ ਗਰਮੀਆਂ ਦੀਆਂ ਛੁੱਟੀਆਂ ਹੁਣ ਆਈਆਂ ਮੇਰੇ ਤੇ ਤੇ ਥੋੜੇ ਦਿਨ ਲਈ ਫਿਰ ਗੇਮ ਵਾਸਤੇ ਵਾਪਸ ਜਾਣਾ ਜੀ ਗੇਮ ਵਾਸਤੇ ਕਿਹੋ ਜੀ ਤਿਆਰੀ ਕਰਦੇ ਹੋ ਕਿਹੜੀ ਗੇਮ ਕਰਦੇ ਹੋ ਮੈਂ ਪਹਿਲੇ ਤੇ ਇਦਾਂ ਸੀਗਾ ਵੀ ਮੈਨੂੰ ਗੇਮ ਬਾਰੇ ਇੱਥੋਂ ਹੀ ਪਤਾ ਚੱਲਿਆ ਸੀਗਾ ਕੋਈ ਪਰਸਨ ਸੀ ਉਹਨਾਂ ਨੇ ਦੱਸਿਆ ਸੀਗਾ ਵੀ ਤੁਸੀਂ ਆਰਚਰੀ ਵਗੈਰਾ ਕਰ ਸਕਦੇ ਹੋ ਮੈਨੂੰ ਨਹੀਂ ਪਤਾ ਸੀ ਕਿਹੜੀਆਂ ਕਿਹੜੀਆਂ ਗੇਮ ਹੁੰਦੀਆਂ ਤੇ ਫਿਰ ਉਦੋਂ ਬਾਅਦ ਸੋ ਉਹਨਾਂ ਨੇ ਕਿਹਾ ਵੀ ਉੱਥੇ ਜਿਹੜੇ ਡਿਸਪਲਨ ਡਿਸਪਲਿਨ ਨੇ ডিসপ্লে টি প্রেজেন্ট ਹੈ ਉਹਨਰ ਸੇਬਿਲਟੀ ਹਾਂ ਜੀਆ ਉਹਨਸਟ ਹੈ ਉਹ ਆ ਦੋ ਕੀ ਕਹਿੰਦੇ ਗੇਮ ਸੋ ਲੱਗ ਤਰੀਕੇ ਦੀ ਹੈਗਾ ਮੈਂ ਤਾਂ ਹਰ ਇੱਕ ਗੇਮ ਕਰ ਸਕਦੇ ਆ ਪੈਰਾ ਪੈਰਾ ਚ ਹੈਗੇ ਗੇਮਸ ਤੋਂ ਉਦੋਂ ਬਾਅਦ ਸੋ ਜਦੋਂ ਮੈਨੂੰ ਪਤਾ ਲੱਗਿਆ ਵੀ ਹੈਗਾ ਫਿਰ ਮੈਂ ਉਹਨਾਂ ਨੂੰ ਪੁੱਛਿਆ ਕਿਹੜੀਆਂ ਕਿਹੜੀਆਂ ਉਹਨਾਂ ਨੇ ਸਾਰੀਆਂ ਦੱਸੀਆਂ ਫਿਰ ਮੈਨੂੰ ਡਿਸਕਸ ਥ्रू ਵੀ ਅੱਛਾ ਲੱਗਾ ਸ਼ਾਰਟਪੁੱਟ ਵੀ ਲੱਗਾ ਫਿਰ ਤੋ ਮੈਂ ਇਥੋਂ ਜਦੋਂ ਇੱਥੇ ਗਈ ਸੀ ਨਾ ਉਦੋਂ ਜਿਹੀ ਕਹਿ ਸੀਗਾ ਵੀ ਮੈਨੂੰ ਆਚਰੀ ਮਿਲ ਜਾਓ ਕਹਿੰਦੇ ਤੁਸੀਂ ਇੱਥੇ ਸਟੱਡੀ ਕਰ ਲਓ ਪੰਜਾਬ 'ਚ ਹੋਰ ਕਾਲਜ ਬਹੁਤ ਹੈਗੇ ਆ ਉੱਥੇ ਕਰ ਲਓ ਤੇ ਇੱਥੇ ਆਚਰੀ ਐਣੀ ਸੀ ਸਾਹਮਣੇ ਕਾਲਜ ਹੈਗੇ ਆ ਪਿੰਡ 'ਚ ਫਰੀਦਕੋਟ ਕਾਲਜ ਹੈਗੇ ਆ ਰੋਪੀਪੁਰ ਹੈਗੇ ਆ ਕਹਿੰਦੇ ਇੱਥੇ ਗੱਲ ਬਾਰੇ ਇੱਥੇ ਮੈਨੂੰ ਆਚਰੀ ਨਹੀਂ ਮਿਲੀ ਫਿਰ ਉਹਨਾਂ ਨੇ ਗੱਲ ਕੀਤੀ ਉਹ ਕਹਿੰਦੇ ਨਾਰੇ ਤਾਂ ਉੱਥੇ ਸਟੱਡੀ ਫ੍ਰੀ ਹੁੰਦੀ ਆ ਤੇ ਨਾਲੇ ਤਾਂ ਜਿਹੜੀ ਤੁਸੀਂ ਗੇਮ ਕਹਿੰਦੇ ਆ ਕਰ ਸਕਦੇ ਆ ਹੁਣ ਉੱਥੇ ਫਿਰ ਸਟੱਡੀ ਫ੍ਰੀ ਆ ਤੁਹਾਡੀ ਹਾਂਜੀ ਆ ਸਟੱਡੀ ਫ੍ਰੀ ਆ ਰਹਿਣਾ ਫ੍ਰੀ ਆ ਬਸ ਖਾਣੇ ਦਾ ਖਰ ਖਾਣੇ ਦੇ ਖਰਚੇ ਦਾ ਬੰਦੋਬਸਤ ਵੀ ਕਰ ਲਵਾਂਗੇ ਤੇ ਜਿਹੜੀ ਸਥਿਤੀ ਘਰ ਦੀ ਐ ਹਾਂਜੀ ਤੇ ਇਹ ਤੋਂ ਸਭ ਤੋਂ ਸਾਹਮਣੇ ਆ ਹਨਾ ਤੁਹਾਡੇ ਪਿਤਾ ਜੀ ਆ ਜਿਹੜੇ ਦੁੱਧ ਪਾਉਂਦੇ ਹੁੰਦੇ ਸੀ ਉਹਨਾਂ ਵੇਲੇਾਂ ਦੇ ਵਿੱਚ ਦੁੱਧ ਦਾ ਕੰਮ ਛੁੱਟ ਗਿਆ ਹੁਣ ਕੀ ਕਰਦੇ ਨੇ ਹੁਣ ਜੀ ਉਹ ਡਰਾਈਵਿੰਗ ਕਰਦੇ ਆ ਗੱਡੀ ਆ ਗਈ ਤੇ ਉਹ ਟਰਾਂਸਫਰਮਰ ਲੈ ਕੇ ਜਾਂਦੇ ਆ ਤੇ ਲਾਉਣਿਆਂ ਦੇ ਲੈ ਕੇ ਆਉਂਦੇ ਉਹਨਾਂ ਉਹ ਅੰਕਲ ਆ ਗੁਰਪ੍ਰੀਤ ਆਂਕਲ ਉਹਨਾਂ ਨਾਲ ਕੰਮ ਕਰਦੇ ਕੋਈ ਹੋਰ ਇਨਕਮ ਸੋਰਸ ਤੁਹਾਡਾ ਨਹੀਂ ਸਰ ਹੋਰ ਸਰ ਹੋਰ ਕੁਝ ਨਹੀਂ ਐ ਬਸ ਸਹੀ ਆ ਜਾਂ ਖੇਤ ਆ ਬਸ ਖੇਤ ਕਿੰਨਾ ਕਾ ਹਾਂਜੀ ਨੌਕ ਨਾਲ ਹੈਗਾ। ਆ ਵਿਚੇ ਘਰ ਹੈ। ਹਾਂਜੀ ਹਾਂ। ਤੇ ਸੁਖਦੀਪ ਜ਼ਿੰਦਗੀ ਦੇ ਵਿੱਚ ਬੜਾ ਕੁਝ ਤੁਸੀਂ ਦੇਖਿਆ ਹਨਾ। ਕਦੇ ਐਂ ਲੱਗਦਾ ਸੀ ਕਿ ਖਤਮ ਹੋ ਗਿਆ ਸਾਰਾ ਕੁਝ। ਹਾਂਜੀ ਸਰ ਇਹ ਤੇ ਮੈਂ ਕਿ ਤੁਹਾਨੂੰ ਦੱਸਿਆ ਸੀ ਨਾ ਬੈਲਾ ਵੀ ਮੈਂ ਸੋਚਿਆ ਸੀ ਹੁਣ ਤਾਂ ਦੁਨੀਆ 'ਚ ਕੁਝ ਨਹੀਂ ਰਹਿ ਐ ਦੋ ਚੰਗਾ ਕੀ ਨਾਲੇ ਤਾਂ ਆਪ ਸੌਖੇ ਰਹਿ ਜਨ ਨਵੇਂ ਘਰ ਵਾਲੇ ਸੌਖੇ ਰਹਿ ਨਹੀਂ। ਮੈਂ ਕਿ ਸੌਖਾ ਕਿਵੇਂ ਰਹਿੰਦਾ ਬੰਦਾ? ਮੈਂ ਕਿ ਮਰ ਕੇ। ਐਈ ਫੋ ਸੀ ਮੱਲਾ ਤੇ ਮੈਂ ਇੱਕ ਵਾਰ ਕੋਸ਼ਿਸ਼ ਵੀ ਕੀਤੀ ਆ ਘਰੇ ਮਤਲਬ ਬਾਤ ਚੁਕਾਰ। ਕਿ ਉਹ ਸੁਣਦਾ ਨਹੀਂ। ਇੱਕ ਵਾਰ ਮਰ ਕੇ ਦੇਖੀਏ ਹੁੰਦਾ ਭਲਾ ਹੈ ਕੀ ਹਨਾ ਹਾਂਜੀ ਉਹ ਤਾਂ ਨਹੀਂ ਸੁਣਿਆ ਸੀਗਾ ਨਹੀਂ ਹੈ ਇਦਾਂ ਤਾਂ ਕੁਝ ਨਹੀਂ ਵਾਸ ਇਦਾਂ ਹੀ ਕਈ ਵਾਰ ਬੰਦੇ ਦਾ ਬੈਠ ਬੈਠੇ ਦਿਮਾਗ ਚ ਕੋਣ ਕਿਹੜੀ ਚੀਜ਼ ਆ ਜਾਂਦੀ ਨਹੀਂ ਪਤਾ ਚੱਲਦਾ ਹੂੰ ਹੂੰ ਤੇ ਫਿਰ ਉਸ ਤੋਂ ਬਾਅਦ ਇੰਨਾ ਨੂੰ ਦੇਖ ਕੇ ਘਰ ਵਾਲਿਆਂ ਨੂੰ ਹੋਇਆ ਹੀ ਹੋਰ ਔਖੇ ਹੋ ਗਏ ਜਿੰਦ ਤੋਂ ਜ਼ਿਆਦਾ ਹੀ ਦੁੱਖ ਦਿੱਤਾ ਜਿੱਤੇ ਕੱਟ ਕਰਨ ਦੀ ਬਜਾਏ ਫਿਰ ਉਸ ਤੋਂ ਬਾਅਦ ਦੇ ਵਿੱਚ ਸੋਚਿਆ ਹੁਣ ਕੀ ਕਰਾਂ ਕਿੱਥੇ ਕੀ ਕਰ ਸਕਦੇ ਆ ਫੇ ਸੋਚਿਆ ਘਰੋਂ ਹੀ ਨਿਕਲ ਜਾ ਨੇ ਇਦੋਂ ਚਾ ਨਾ ਹੀ ਲਿਆ ਉਹ ਦਿਹੇ ਰੋਥੇ ਪਿੰਗਵਾੜੇ ਮੇਂ ਕਿਸੇ ਫਰੈਂਡ ਨੂੰ ਪੁੱਛਿਆ ਸੀ ਕਿ ਸਤਨਾਮ ਸਰ ਕਿੰਨਾ ਦਿਲ ਰਹਾ ਹੈ ਬੈਂਗਲੌਰੇ ਮੈਂ ਤੇ 2-3 ਮਹੀਨੇ ਹੀ ਰਹੂੰਗੀ ਫਿਰ ਉਹਨਾਂ ਨੇ ਮੈਂ ਵੀਰ ਚਰ ਦੇ ਮੈਨੂੰ ਵੱਲ ਆ ਗਿਆ ਮੈਂ ਤਾਂ ਵੱਲ ਸਿੱਖਣ ਆਈ ਸੀ ਤੇ ਫਿਰ ਉਦੋਂ ਬਾਅਦ ਵਿੱਚ ਉਹਨਾਂ ਨੇ ਦੱਸਿਆ ਸੀ ਕਿ ਸੀ ਲਵਲੀ ਯੂਨੀਵਰਸਿਟੀ ਰਿਮਿਸ਼ਨ ਕਰਾ ਲਓ ਫਿਰ ਕੋਵਿਡ ਚੱਲ ਵਆ ਫਿਰ ਉਹ ਸਾਲ ਹੋਈ ਨਹੀਂ ਫਿਰ ਹੁਣ ਵਾਪਸ ਆ ਗਿਆ ਸੀ ਫਿਰ ਹਾਂਜੀ ਹਾਂ ਉੱਥੋਂ ਇੱਥੇ ਵਾਪਸ ਆ ਗਿਆ ਸੀ ਵੇਲੇ ਟਾਈਮ ਤੇ ਕੀ ਕਰਦਾਂ ਟਾਈਮ ਕਦੋਂ ਦਾ ਵਿਹਲਾ ਹੁੰਦਾ ਟਾਈਮ ਹੋਣ ਨਹੀਂ ਵੇਲੇ ਟਾਈਮ ਮਿਲਦਾ ਜੀ ਅਨੇ ਤਾਂ ਦਾ ਕਿ ਕਾਲਜ ਮੈਂ 5:00 ਵਜੇ ਉੱਠ ਕਰਦੀ ਆ ਉੱਠਣ ਦੇ ਬਾਅਦ ਮਤਲਬ ਨਹਾਣ ਨੂੰ ਕੀ ਆਪਣੇ ਕੱਪੜੇ ਵਾਸ਼ ਕਰਕੇ ਉਹਦੇ ਬਾਅਦ ਹਾਂਜੀ ਹਾਂ ਉਹਦੇ ਚ ਸਾਰਾ ਕੁਝ ਬਣਾਇਆ ਬਣਾਇਆ ਹੋਇਆ ਉਹਨਾਂ ਨੇ ਰਸ਼ਮੀ ਮਿੱਤਲ ਦਾ ਸ਼ੋਕ ਮਿੱਤਲ ਜੀ ਬਹੁਤ ਉਹਨਾਂ ਨੇ ਹੈਲਪ ਕੀਤੀ ਇੱਥੇ ਕਿ ਜਿੰਨੇ ਵੀ 휠 ਚੇਅਰ ਵਾਲੇ ਉਹਨਾਂ ਸੇ ਸਪੈਸ਼ਲ 10 ਰੂਮਾਂ ਜਿਹੜੀ ਗਰਲਸ ਵਾਲੇ ਰੂਮ ਆ ਜੀਐਚ 6 ਦੇ ਗਰਲਸ ਹੋਸਟਲ ਅਦਰ 10 ਰੂਮ ਬਣੇ ਹੋਏ ਆ ਤੇ ਉਹਨਾਂ ਚ ਪੰਜ ਕੁੜੀਆਂ ਇੱਥੇਆਂ ਇੱਕ ਰੂਮ ਚ ਦੋ ਰਹਿੰਦੀਆਂ ਇੱਕ ਸਟੇਨ ਰਹਿਦੀਆਂ ਹਾਂ। ਉੱਥੇ ਤੁਹਾਨੂੰ ਰਹਿਣ ਦੇ ਵਾਸਤੇ ਫਰੀ ਹੈ, ਪੜ੍ਹਾਈ ਫਰੀ ਹੈ। ਹਾਂਜੀ ਹਾਂ। ਨਹੀਂ ਤਾਂ ਪੂਰੇ ਪੰਜਾਬ ਚ ਹੈ ਕਿੰਨੇ ਕਾਲਜ ਆ ਪਰ ਲਵਲੀ ਯੂਨੀਵਰਸਿਟੀ ਸੱਚੀ ਤੋਂ ਕਮਾਲ ਦੀ ਯੂਨੀਵਰਸਿਟੀ ਹੈ ਜਿੰਨਾ ਨੇ ਮਤਲਬ ਕਿ ਸੋਚਿਆ ਵੀ ਵੀਲਚਰ ਵਾਲੇ ਪਰਸਨ ਨੂੰ ਵੀ ਸਪੈਸ਼ਲ ਉਹਨਾਂ ਨੇ ਕਲਾਸ ਲਾਉਣ ਵਾਸਤੇ ਲਿਫਟ ਬਣਾਈ ਆ ਰੈਂਪ ਬਣਾਇਆ ਨੀਚੇ ਤੋਂ ਜ ਹਾਂਜੀ ਹਾਂ ਸਭ ਸਿਸਟਮ ਜਿੱਥੇ ਵੀ ਜਾਣਾ ਇਹ ਤੱਕ ਕਿ ਉੱਥੇ ਫੰਕਸ਼ਨ ਵਗੈਰਾ ਜਿੱਥੇ ਹੁੰਦਾ ਉਸ ਜੇ ਕਿਤੇ ਸੀੜੀਆਂ ਹੈ ਕਿਆਂ ਉਹਦੀ ਬਾਡੀ ਹੈਗੀਆਂ ਤਾਂ ਉਹਨਾਂ ਨੇ ਉਸ ਟਾਈਮ ਤੁਰੰਤ ਇਦਾਂ ਦਾ ਕੁਝ ਕਰਨਾ ਕਿ ਇਹਨਾਂ ਨੂੰ ਵੀ ਉੱਥੇ ਲੈ ਕੇ ਜਾਣਾ ਤੁਰੰਤ ਬਣਾਉਂਦੇ ਆ ਕੁਝ ਨਾ ਕਿਸੇ ਵੀ ਤਰੀਕੇ ਨਾਲ ਫੱਟੇ ਜੋੜ ਕੇ ਕਿਦਾਂ ਵੀ व्हीਲਚੇਅਰ ਉੱਤਰ ਦੀ ਚੜ੍ਹਦੀ ਕਰਦੇ ਆ ਤੇ ਕਿੰਨਾ ਕੁ ਵਧੀਆ ਲੱਗਦਾ ਹੁਣ ਉੱਥੇ ਹਾਂਜੀ ਹਾਂ ਬਹੁਤ ਵਧੀਆ ਜੀ ਇਦਾਂ ਕੀ ਹੁਣ ਇੱਥੇ ਤਾਂ ਕੁਝ ਵੀ ਨਹੀਂ ਹੈਗਾ ਸੀ ਤਾਂ ਉੱਥੇ ਬਹੁਤ ਕੁਝ ਇਦਾਂ ਦਾ ਹੈਗਾ ਵੀ ਨਵਾਂ ਨਵਾਂ ਕੁਝ ਦੇਖਣ ਨੂੰ ਮਿਲਦਾ ਕਿੱਥੇ ਮੈਂ ਪਹਿਲਾਂ ਤੁਸੀਂ ਦੇਖਿਆ ਹੀ ਮੈਨੂੰ ਗੱਲ ਕਰਨ ਤੋਂ ਵੀ ਡਰ ਲੱਗਦਾ ਸੀ ਕਿੰਨ ਕਿਦਾਂ ਗੱਲ ਕਰਾਂ ਕਿਸ ਨਾਲ ਹੁਣ ਮੈਦਾਂ ਹੈਗਾ ਵੀ ਜਿਹੜੀ ਚੀਜ਼ ਹੁੰਦੀ ਆ ਆਪਾਂ ਦੱਸਣ ਦੇ ਲਾਇਕ ਹੋਵੇ ਹਾਂਜੀ ਬੋਏ ਕੱਟ ਕਰਾਉਂਦਾ ਫਿਰ ਇਹ ਮੂਡ ਕਿਵੇਂ ਬਣਿਆ ਕਿ ਜਾਂ ਫਿਰ ਇਹ ਸੌਖਾ ਲੱਗਿਆ ਕਿ ਉਸ ਤੇ ਨਹੀਂ ਇੰਦਾ ਨਹੀਂ ਇੰਦਾ ਬਸ ਇਦਾਂ ਹੀ ਮੈਨੂੰ ਵਧੀਆ ਲੱਗਿਆ ਹੇਅਰ ਸੀਗੇ ਮਤਲਬ ਲੌਂਗ ਸੀ ਥੋੜੇ ਔਰ ਡੇਲੀ ਬਣਾ ਕੇ ਜਾਣਾ ਪੈਂਦਾ ਸੀ ਕਿਉਂ ਹੇਅਰ ਕੱਟ ਕਰਵਾ ਲਵਾਂ ਕਿੱਥੇ ਅੱਛੇ ਲੱਗਦੇ ਨਾਲੇ ਸਪੋਰਟਸ ਤੇ ਬੇਸਿਕ ਲੁੱਕ ਸਹੀ ਰਹਦੀ ਹੈ ਤੇ ਫਿਰ ਹੁਣ ਕੋਈ ਪ੍ਰਾਪਤੀਆਂ ਹੋ ਚੁੱਕੀਆਂ ਗੇਮਸ ਦੇ ਵਿੱਚ ਹਜੇ ਨਹੀਂ ਹਾਂਜੀ ਹਾਂ ਮੈਂ ਮਤਲਬ ਕਿ ਜਿਹੜੀਆਂ ਕੋ ਕਾਲਜ ਲੈਵਲ ਤੇ ਯੂਨੀਵਰਸਿਟੀ ਤੇ ਇਵੈਂਟਸ ਹੁੰਦਾ ਹੈ ਇੱਕ ਵੇ ਮਤਲਬ ਸਾਰੀ ਜਿੰਨੇ ਵੀ ਇੰਡੀਆ ਦੇ ਡਿਸਪਲੈਨ ਪਰਸਨ ਹੂੰ ਹੂੰ ਉਹ ਸਾਰੇ ਆਉਂਦੇ ਆਥੇ ਉਹਨਾਂ ਨੇ ਸਾਰੇ ਗੇਮ ਕਰਵਾਈ ਸੀ ਉਹਨਾਂ ਚੋਂ ਮੈਂ ਸੈਕਿੰਡ ਨੰਬਰ ਤੇ ਆਈ ਹਾਂ ਇੰਡੀਆ ਦੇ ਰਿਸਰਚਰਸ ਜਿਹੜੇ ਉਹਨਾਂ ਚੋਂ ਹਾਂਜੀ ਹਾਂ ਸੈ ਡਿਸਕਸਟੋਰ ਕਰਾਇਆ ਤੇ ਸ਼ਾਟ ਆਊਟ ਕਰਾਈ ਸੀ ਦੋਨਾਂ ਚੋਂ ਸੈਕਿੰਡ ਨੰਬਰ ਤੇ ਗਏ ਤੁਸੀਂ ਆਰਚਰੀ ਕਰਨ ਸੀਗੇ ਹਾਂਜੀ ਆਹ ਤੇ ਪਰ ਉੱਥੇ ਗਏ ਤਾਂ ਆਰਚਰੀ ਕਰਨ ਵਾਸਤੇ ਪਰ ਇਦਾਂ ਹੁੰਦਾ ਨਾ ਮੌਕਾ ਮਿਲਦਾ ਤੇ ਉਹ ਹਰ ਇੱਕ ਚੀਜ਼ ਕਰਨ ਦੀ ਕੋਸ਼ਿਸ਼ ਕਰਦੇ ਆ ਬਟ ਮੈਂਨੇ ਬਿਨਾ ਪ੍ਰੈਕਟਿਸ ਤੋਂ ਹੀ ਕੀਤਾ ਇਹ ਹੋ ਗਿਆ ਜੀ ਹੁਣ ਫਿਰ ਕੀ ਕਰਨਾ ਅੱਗੇ ਹੁਣ ਆਇਆ ਕਿ ਸਟੱਡੀ ਕਰਨੀ ਆ ਗੱਡੀ ਦੇ ਬਾਅਦ ਆਛਰੀ ਨੇ ਥਤੀ ਕਿ ਲੈ ਕੇ ਜਾਣਾ ਕਿ ਆਪ ਵੀ ਗੋਲਡ ਮੈਡਲ ਤੇ ਕਿ ਜਾਣਾ ਅੱਛਾ ਉਦੋਂ ਬਾਅਦ ਉਦੋਂ ਬਾਅਦ ਚ ਦਈਆ ਜੌਬ ਵਗੈਰਾ ਚਾਹੀਦੀ ਹੈ ਘਰ ਵਧੀਆ ਬਣੂਗਾ ਹੰਤੇ ਘਰ ਤੇ ਉਦਾਂ ਦੀ ਹੈ ਜਿੱਦਾਂ ਦਾ ਪਹਿਲਾਂ ਸੀ ਚਲੋ ਘਰ ਵੀ ਵਧੀਆ ਬਣ ਜਾਊਗਾ ਕਿਉਂਕਿ ਪਹਿਲਾਂ ਸਿਹਤ ਤੇ ਸ਼ਰੀਰ ਵਧੀਆ ਹੋਣਾ ਹਨਾ ਹਾਂਜੀ ਤੇ ਫੈਮਿਲੀ ਚ ਕੌਣ ਕੌਣ ਸੀ ਤੁਹਾਡੇ ਅ ਤੇ ਸਟਾਰਟਿੰਗ ਤੋਂ ਹੀ ਮੈਂ ਸੀ ਮਮਾ ਪਾਪਾ ਮੈਂ ਬ੍ਰਦਰ ਸਿਸਟਰ ਸੀ ਸਿਸਟਰ ਦੀ ਮੈਰिज ਹੋ ਗਈ ਯਾਰ ਨਾ ਬ੍ਰਦਰ ਕੀ ਕਰਦੇ ਆ ਬ੍ਰਦਰ ਸਟੱਡੀ ਕਰ ਰਿਹਾ ਪਲੱਸ 2 ਕਰ ਰਿਹਾ ਈ ਛੋਟਾ ਹਾਂਜੀ ਹਾਂਜੀ ਤੇ ਜਦੋਂ ਥੋਡੀ ਜੌਬ ਲੱਗੀ ਸੀ ਹਨਾ ਹਜੇ ਬੇਸ਼ੱਕ ਉਹ ਸ਼ੁਰੂਆਤ ਹੋਈ ਸੀ ਹਾਂਜੀ ਉਦੋਂ ਕੀ ਸੁਪਨੇ ਸੀਗੇ ਉਹਦੇ ਇਦਾਂ ਸੀਗਾ ਵੀ ਉਹਦੇ ਕੋਈ ਲੱਗ ਗਿਆ ਸੀ ਆ ਕਿ ਇਦਾਂ ਨਹੀਂ ਹੈਗਾ ਸੀ ਕਿ ਜਿੱਦਾਂ ਦੀ ਹੁਣ ਲਾਈਫ ਜੀ ਰਹੇ ਨਾ ਇਹ ਤੂੰ ਕੁਝ ਲੱਗ ਸੀ ਇਹ ਨਹੀਂ ਸੋਚਿਆ ਸੀ ਕਿ ਇਦਾਂ ਦਾ ਕੁਝ ਹੋਊਗਾ ਉਹਦੇ ਇਦਾਂ ਹੁੰਦਾ ਸੀਗਾ ਕਿ ਆਪਾਂ ਆਪ ਦੀ ਆਪ ਦੀ ਜੀ ਲਾਈਫ ਖੁਦ ਜੀਵਾਂਗੇ ਕਿਸੇ ਨਾਲ ਕੋਈ ਮਤਲਬ ਨਹੀਂ ਹੋਊਗਾ ਬਟ ਉਹਨੂੰ ਮਤਲਬ ਆਦਾ ਵੀ ਹਰ ਇੱਕ ਸੀ ਦਾ ਮਤਲਬ ਹੈ ਪਰ ਹੁਣ ਸਾਨੂੰ ਇਹ ਪਤਾ ਲੱਗਿਆ ਕਿ ਦੁਨੀਆ ਤੁਹਾਡੇ ਵਾਸਤੇ ਹਨਾ ਕਿੰਨੀ ਵੱਡੀ ਹੈ ਜਿਹੜੇ ਲੋਕਾਂ ਨੂੰ ਤੁਸੀਂ ਜਾਣਦੇ ਨਹੀਂ ਉਹਨਾਂ ਨੇ ਵੀ ਤੁਹਾਡੀ ਹੈਲਪ ਕੀਤੀ ਹਾਂਜੀ ਸਰ ਹਾਂ ਬਹੁਤ ਵੱਡੀ ਪਹਿਲੇ ਤੇ ਸੋਚਦੇ ਪਹਿਲਾਂ ਮੇਰੇ ਮਾਈਂਡ 'ਚ ਨਹੀਂ ਹੈਗਾ ਸੀ ਜਿਵੇਂ ਕੋਈ ਪਰਸਨ ਕਿਸੇ ਬਾਰੇ ਸੋਚ ਵੀ ਸਕਦਾ ਹੈ ਹੁੰਦਾ ਸੀ ਆਈ ਮੈਂ ਹੁਣ ਗੱਲ ਕਿ ਨਹੀਂ ਮੈਂ ਵੀ ਇਹ ਸੋਚੀ ਸੀ ਵੀ ਆਪਦੇ ਲਈ ਕਰਨਾ ਹੁਣ ਇਹ ਹੈਗਾ ਵੀ ਜੇ ਤੂੰ ਆਪਦੇ ਲਈ ਕਰ ਸਕਦੀ ਤਾਂ ਕਿਸੇ ਹੋਰ ਲਈ ਵੀ ਕਰ ਸਕਦੀ ਹਾਂਜੀ ਜਿੰਨੇ ਬੈੱਡ ਤੇ ਰਹੇ ਤੁਸੀਂ ਲੰਮਾ ਟਾਈਮ ਰਹੇ ਡਾਕਟਰਾਂ ਦੇ ਵੱਲੋਂ ਲਗਭਗ ਜਵਾਬ ਮਿਲ ਗਿਆ ਸੀ ਵੱਡੇ ਵੱਡੇ ਹਸਪੀਟਲ ਤੋਂ ਜਾ ਕੇ ਤੁਸੀਂ ਜਿਹੜੇ ਆਮ ਹਨਾ ਹੱਡੀਆਂ ਜੋੜਾਂ ਦੇ ਮਾਹਰ ਹੁੰਦੇ ਉਹਨਾਂ ਤੱਕ ਵੀ ਹਾਂਜੀ ਹਾਂ ਗਏ ਸੋ ਕਿੱਥੋਂ ਕਿੱਥੋਂ ਬੈਨੀਫਿਟ ਹੁੰਦਾ ਰਿਹਾ ਤੁਹਾਡੇ ਸਿਹਤ ਨੂੰ ਕਿੱਥੋਂ ਕਿੱਥੋਂ ਇੰਪਰੂਵਮੈਂਟ ਲੱਗਦੀ ਰਹੀ ਸਰ ਇਦਾਂ ਸੀ ਬਠਿੰਡੇ ਗਏ ਆ ਫ੍ਰੀਕੋਡ ਸਾਰੇ ਗਏ ਆ ਅਦਰ ਗੁਰਸਰਵਲੀ ਸਾਈਡ ਗਏ ਹੋਇਆ ਜ ਜ ਤੇ ਅੰਮ੍ਰਿਤਸਰ ਵਗੈਰਾ ਵੀ ਆਇਆ ਚੰਡੀਗੜ੍ਹ ਵੀ ਮੈਂ ਐਕਸਰਸਾਈਜ਼ ਵਗੈਰਾ ਕਰਕੇ ਬੈਡ ਸੋਰ ਹੋ ਗਿਆ ਸੀ ਉਹ ਵੀ ਉੱਥੇ ਜਾ ਕੇ ਆਇਆ ਤੇ ਉਹਦੇ ਬਾਅਦ ਹੀ ਇਦਾਂ ਸੀ ਮੈਂ ਨਾ ਇੱਕ ਵਾਰ ਵੀ ਸਟ੍ਰਾਈ ਕੀਤਾ ਸੀ ਕਿਸੇ ਨੇ ਪਾਪਾ ਨੂੰ ਬੋਲੇ ਸੀ ਤੁਸੀਂ ਇਹਨਾਂ ਨੂੰ ਸ਼ਰਾਬ ਲਾਓ ਦੇ ਚੱਕਰ ਚ ਮਿਕਸ ਕਰਕੇ ਨਾ ਉਦੋਂ ਪਹਿਲਾਂ ਮੈਨੂੰ ਲੈਟ ਨੂੰ ਬਫਰ ਵਗੈਰਾ ਦਾ ਪਤਾ ਨਹੀਂ ਲੱਦਦਾ ਸੀ ਤੇ ਪਰ ਉਹਦੇ ਨਾਲ ਇੰਨਾ ਫਰਕ ਹੈਗਾ ਕਿ ਮੈਨੂੰ ਇੰਨਾ ਸਾਰਾ ਕੁਝ ਪਤਾ ਲੱਗ ਗਿਆ ਅੱਛਾ ਉਹ ਜਿਹੜੀ ਸ਼ਰਾਬ ਵਾਲੀ ਸੀ ਨਾ ਉਹ ਆਪਣੇ ਜਿਹੜੀ ਇੰਟਰਵਿਊ ਵੀ ਕੀਤੇ ਸੀਗਾ ਤੁਸੀਂ ਦੇਸੀ ਸ਼ਰਾਬ ਦੇ ਵਿੱਚ ਕੁਝ ਬਣਾਇਆ ਸੀ ਉਹ ਬੜੇ ਲੋਕਾਂ ਦੇ ਮੈਨੂੰ ਬਾਅਦ ਚ ਮੈਸੇਜ ਵੀ ਆਏ ਸੀ ਉਹ ਪਤਾ ਫਾਰਮੂਲਾ ਕੀ ਸੀ ਕਿਵੇਂ ਆ ਸਰ ਇੰਦਾ ਕਿ ਉਹਨਾਂ ਜਿਹੜੇ ਸ਼ਰਾਬ ਬਣਾਈ ਸੀ ਨਾ ਉਹਦੇ ਵਿੱਚ ਕੁਝ ਪਤਲ ਜੜੀ ਬੂਟੀਆਂ ਪਾਈਆਂ ਸੀਗੀਆਂ ਆਈ ਥਿੰਕ ਮੈਂ ਦੇਸੀ दारू ਸੀ ਹੈਨਾ ਹਾਂ ਜੀ ਹਾਂ ਤੇ ਉਦੋਂ ਬਾਅਦ ਵਿੱਚ ਉਹਨੂੰ ਥੋੜਾ ਟਾਈਮ ਇਹ ਟ੍ਰਾਈ ਕੀਤਾ ਸੀ ਤੇ ਗਰਮੀ ਆ ਗਈ ਤੇ ਉਦੋਂ ਬਾਅਦ ਚ ਫੇਰੇ ਇਦਾਂ ਵੀ ਕੋ ਡੈਡੀ ਨੂੰ ਡਰਨ ਲੱਗੇ ਤੁਹਾਡੀ ਕੁੜੀ ਨਸ਼ੇ ਤੇ ਲੱਗ ਜੂਗੀ ਤੁਸੀਂ ਇਹਨੂੰ ਨਾ ਪਿਆਇਆ ਕਰੋ ਤੇ ਡੈਡੀ ਨੇ ਛੱਡਤਾ ਉਹ ਤਾਂ ਕੌੜੀ ਬਹੁਤ ਹੁੰਦੀ ਹੈ ਜਦੋਂ ਚੱਕਰ ਆ ਪਏ ਜੀ ਉਹਦੇ ਜੀ ਚੱਕਰ ਵੀ ਸੀ ਕੌੜ ਤੋਂ ਮੈਂ ਪਾਏ ਹੁੰਦੇ ਉਹਦੇ ਵਿੱਚ ਤੇ ਉਹ ਹੋਰ ਵੀ ਕੁਝ ਸੀਗਾ ਮੇਰੇ ਯਾਦ ਨਹੀਂ ਹਾਂ ਹਮ ਤੇ ਮਤਲਬ ਬਹੁਤ ਕੌੜੀ ਮਤਲਬ ਥੋੜੀ ਜੀ ਚੱਕਰ ਚ ਪਾ ਕੇ ਵੀ ਕਿੰਨੀ ਪੇਲੇ ਤਾਂ ਵੀ ਕੌੜੀ ਹੁੰਦੀ ਹੈ ਉਹਦੇ ਨਾਲ ਫਿਰ ਠੀਕ ਹੋ ਗਿਆ ਸੀ ਜੀ ਹਾਂ ਜੀ ਹਾਂ ਮੈਂ ਦੱਸਦੀ ਪਈ ਆ ਵੀ ਉਹਦੇ ਨਾਲ ਦੀ ਪਹਿਲਾਂ ਮੈਨੂੰ ਨਹੀਂ ਪਤਾ ਲੱਗਦਾ ਸੀ ਬਸ ਇੰਨਾ ਮੈਨੂੰ ਇੰਨਾ ਫਰਕ ਹੈਗਾ ਮੈਂ ਹੋਰ ਕਿਸੇ ਬਾਰੇ ਤਾਂ ਕੀ ਕਹਿ ਸਕਦੀ ਮੈਨੂੰ ਖੁਦ ਨੇ ਚੀਜ਼ ਦਾ ਫਾਇਦਾ ਮਿਲਿਆ ਹੋਰ ਕਿਸੇ ਬਾਰੇ ਨਹੀਂ ਮੈਂ ਕੁਝ ਕਹਿ ਸਕਦੀ ਹੁਣ ਕੀ ਕੀ ਸਮੱਸਿਆ ਤੁਹਾਨੂੰ ਹੁਣ ਮੇਰੇ ਬਸ ਲੈਗਸ ਹੀ ਨਹੀਂ ਚੱਲਦੀਆਂ ਜੀ ਹਾਂ ਜੀ ਉਹ ਤਾਂ ਬਸ ਠੀਕ ਹੈ ਡਾਕਟਰ ਕੀ ਕਹਿੰਦੇ ਨੇ ਡਾਕਟਰ ਕਹਿੰਦੇ ਹੋ ਸਕਦਾ ਵੀ ਚੱਲ ਵੀ ਪੈਨ ਐਕਸਰਸਾਈਜ਼ ਦੇ ਸਿਰ ਤੇ ਆ ਤੇ ਉਹ ਕਿੰਨੇ ਕਿੰਨੀ ਕਿੰਨੀ ਕਮਿਹਨਤ ਕੀਤੀ ਤੁਸੀਂ ਤੇ ਤੁਹਾਡੇ ਪਰਿਵਾਰ ਨੇ ਬਹੁਤ ਮਿਹਨਤ ਕੀਤੀ ਐ ਐਕਸਰਸਾਈਜ਼ ਦਿਨੇ ਵੀ ਸ਼ਾਮ ਨੂੰ ਵੀ ਐਕਸਰਸਾਈਜ਼ ਕਰਦੇ ਰਹੇ ਮम्मा मालिश ਕਰਦੇ ਰਹੇ ਮੈਂ ਤਾਂ ਉਹ ਇੱਕ ਤਾਂ ਵੈਸੇ ਮਾਲਿਸ਼ ਨਹੀਂ ਕਰਨ ਤੋਂ ਵੈਸੇ ਡਾਕਟਰ ਨੇ ਮਨਾਂ ਕੀਤਾ ਸੀ ਵੀ ਤੁਸੀਂ ਔਇਲ ਵਗੈਰਾ ਦੀ ਮਾਲਿਸ਼ ਨਹੀਂ ਕਰਦੀ ਨਾ ਖਤਮ ਹੋ ਜਾਣੀਆਂ ਤੇ ਉਸ ਤੋਂ ਬਾਅਦ ਵਿੱਚ ਇਦਾਂ ਸੀ ਕਿ ਮੰਮੀ ਮੈਨੂੰ ਐਕਸਰਸਾਈਜ਼ ਕਰਾਉਂਦੇ ਰਹੇ ਦਿਨ ਦੇ ਟਾਈਮ ਪਾਪਾ ਨੇ ਵੀ ਕਰਾਣੀ ਮੈਂ ਦੇਖਿਆ ਥੋੜੇ ਉੱਥੇ ਬਾਸ ਜੇ ਬੰਨੇ ਹੁੰਦੇ ਸੀ ਹਾਂਜੀ ਉਹ ਵੀ ਉਸ ਤੋਂ ਬਾਅਦ ਚ ਵੀ ਚੱਲਦੀ ਰਹੀ ਐਕਸਰਸਾਈਜ਼ ਮਮਾ ਨੇ ਪੂਰਾ ਦਿਨ ਕੰਮ ਕਰਨਾ ਜਿੰਨਾ ਰਾਤ ਨੂੰ 12 ਵਜੇ ਹੈ ਨਾ ਜੇ ਕਿ ਬਾਈ ਦਾ ਵੈਲ ਕਿ ਕਿਸੇ ਦਿਨ ਨਾ ਕੰਮ ਕਰਦੇ ਲੇਟ ਹੋ ਗਏ ਮੈਨੂੰ ਐਕਸਰਸਾਈਜ਼ ਕਰਾ ਕੇ ਜਰੂਰ ਸੌਣਾ ਨਾ ਇਦਾਂ ਹੀ ਕਰਦੇ ਸੋ ਬੋਟ ਕੇ ਪਾਪਾ ਨੇ ਐਕਸਰਸਾਈਜ਼ ਕਰਾਉਣੀ ਉਸ ਤੋਂ ਬਾਅਦ ਇਦਾਂ ਹੀ ਮੈਂ ਖੁਦ ਐਕਸਰਸਾਈਜ਼ ਕਰਨ ਲੱਗੀ ਫਿਰ ਮੇਰੀ ਇਧਰ ਵਾਲੀ ਲੈਗ ਟੁੱਟ ਗਈ ਅੱਜ ਵਾਜ ਟੁੱਟ ਗਈ ਹਾਂਜੀ ਹਾਂ ਐਕਸਰਸਾਈਜ਼ ਕਰਦੇ ਪਏ ਸੀ ਤੇ ਉਹਨਾਂ ਮਤਲਬ ਥੋੜਾ ਡਾਈਟ ਉਹ ਲੈ ਤੇ ਅੰਦਰੋਂ ਡ ਕੱਟ ਸੀਗਾ ਨਹੀਂ ਲੈ ਪਾਏ ਡਾਈਟ ਤੇ ਬੋਨਸ ਵੀਕ ਹੋ ਗਈਆਂ ਤੇ ਉਹ ਐਕਸਰਸਾਈਜ਼ ਕਰਦੇ ਪਦੇ ਪਦੇ ਲੱਗੀ ਉਹ ਟੁੱਟ ਗਈ ਇੱਕ ਵਾਰ ਿਕੜਾ ਕੇ ਦੀ ਵਾਜ ਫਿਰ ਡਾਕਟਰ ਤੋਂ ਚੈੱਕ ਉਯਾਰਾ ਕਰਵਾਇਆ ਉਹ ਕਹਿੰਦੇ ਬੋਨਸ ਕਾਫੀ ਵੀਕ ਹੈ ਤੁਸੀਂ ਮਤਲਬ ਨਾ ਕਰਿਆ ਕਰੋ ਐਕਸਰਸਾਈਜ਼ ਤੇ ਇਹ ਸਭ ਨੂੰ ਮੈਨੂੰ ਹੁਣ 6 ਮਹੀਨੇ ਹੋ ਗਏ ਕਿ 7 ਮਹੀਨੇ ਮੈਂ ਐਕਸਾਈਜ਼ ਨਹੀਂ ਕੀਤੀ ਉਸ ਤੋਂ ਬਾਅਦ ਜੁਨੀਵਰਸਿਟੀ ਜਾ ਕੇ ਤਾਂ ਬਿਲਕੁਲ ਵੀ ਨਹੀਂ ਕੀਤੀ 8 ਮਹੀਨੇ ਹੋ ਗਏ ਨਹੀਂ ਕੀਤੀ ਹੁਣ ਡਾਕਟਰ ਨੇ ਰეკਮੈਂਡ ਦੁਆਰਾ ਨਹੀਂ ਕੀਤਾ ਵੀ ਕਰਨਾ ਨਹੀਂ ਨਹੀਂ ਉਸ ਤੋਂ ਬਾਅਦ ਮੈਂ ਆਈ ਹੁਣਾ ਜੀ ਆਈ ਨਹੀਂ ਕਹੀ ਅਸਲ ਡਾਕਟਰ ਇੱਧਰ ਦਾ ਸੀ ਹਾਂਜੀ ਹਾਂ ਆਈ ਨਹੀਂ ਮੈਂ ਤੁਹਾਨੂੰ ਜੁਨੀਵਰਸਿਟੀ ਚ ਵਾਰੀ ਨਹੀਂ ਆਈ ਤੇ ਹੁਣ ਜਿਹੜੀ ਆਖਰੀ ਗੱਲ ਆ ਕਿ ਜਿਹੜੇ ਹੋਰ ਬਹੁਤ ਸਾਰੇ ਲੋਕ ਹਨ ਡਿਸੇਬਲ ਹੋ ਜਾਂਦੇ ਆ ਕਿਸੇ ਐਕਸੀਡੈਂਟ ਚ ਜ਼ਿੰਦਗੀ ਬੱਡ ਤੇ ਆ ਜਾਂਦੀ ਹੈ ਜਾਂ ਆਪਾਂ ਹੋਰ ਸੋਚਦੇ ਆ ਕਿ ਮਾੜੀਆਂ ਚੰਗੀਆਂ ਘਟਨਾਵਾਂ ਹੋ ਜਾਂਦੀਆਂ ਹਨ ਲੋਕਾਂ ਨੂੰ ਕੀ ਕਹਿਣਾ ਚਾਹੋ ਮੈਂ ਕਹੂੰਗੀ ਕਿ ਹਾਂ ਇੱਕ ਵਾਰ ਹਿੰਮਤ ਅਸੀਂ ਸਾਰੇ ਹਾਰ ਜਾਂਦੇ ਆ ਮਤਲਬ ਕਿ ਬਹੁਤ ਕੁਝ ਦੇਖਣ ਇਦਾਂ ਲੱਗਦਾ ਹੁੰਦਾ ਕਿ ਸਾਰਾ ਕੁਝ ਖਤਮ ਹੋ ਗਿਆ ਪਰ ਜਿਹੜੀ ਗਲਤੀ ਮੈਂ ਕੀਤੀ ਹੋਏ ਕਿੰਨੀ ਕੋਈ ਹੋਰ ਨਹੀਂ ਕਰੇ ਮਤਲਬ ਕਿ ਸੁਸਾਇਡ ਕਰਨ ਦੀ ਕੋਸ਼ਿਸ਼ ਨਹੀਂ ਕਰੇ ਤਾਂ ਚੰਗਾ ਤੁਸੀਂ ਕਦੋਂ ਗਲਤੀ ਕਰ ਲਈ ਇਹ ਹੋ ਗਈ ਸੀ ਜੀ ਅੱਛਾ ਕਰ ਲਈ ਸੀ ਤਿਆਰੀ ਹਾਂ ਮਤਲਬ ਹੋ ਗਿਆ ਸੀ ਉਹ ਸਾਰੇ ਕੋਲ ਮਤਲਬ ਕਿ ਇਹ ਦਸ ਸੀ ਸ਼ਾਮ ਨੂੰ 4 4 ਵਜੇ ਦਾ ਟਾਈਮ ਸੀ ਜਦੋਂ ਇਹ ਕਾਟ ਕੀਤਾ ਰਾਤ ਨੂੰ 8 ਹੋਈ ਮਤਲਬ ਲੱਗ ਗਿਆ ਉਹ ਕਿ ਕੀ ਕੀਤਾ ਸੀ ਮੈਂ ਜਿਹੜੀ ਸਪਰੇ ਨਹੀਂ ਹੁੰਦੀ ਡੈਡੀ ਬਾਹਰ ਕਰਦੇ ਹੋ ਫਸਲ ਤੇ ਉਹ ਪੀ ਲਈ ਸੀ ਤੇ ਉਹ ਦੋ ਸੀ ਸੀ ਦੋਨੇ ਪੀ ਲਈ ਸੀ ਬਟ ਉਹਨੇ ਕੁਝ ਨਹੀਂ ਕੀਤਾ अच्छा फिर भी बचत रहेगी हां जी डॉक्टर आने ਤਾਂ ਬਹੁਤ ਕੁਝ ਕੀਤਾ ਹੋਵੇ ਕਿੰਨੇ ਪਹਿਲਾਂ ਲੱਗੇ ਮੈਨੂੰ ਪਤਾ ਨਹੀਂ ਜੀ ਇਦਾਂ ਕਿ ਇਹਨੂੰ ਨਹੀਂ ਪਤਾ ਨਹੀਂ ਮੈਨੂੰ ਘਰ ਵਾਲਿਆਂ ਨੇ ਬਾਅਦ ਚ ਦੱਸਿਆ ਕੁਝ ਉਹਦੇ ਬਾਰੇ ਹੂੰ ਕਿ ਕਿਦਾਂ ਕਿ ਬਸ ਇੰਨਾ ਸੀ ਠੀਕ ਹੋ ਗਏ ਫਿਰ ਉਸ ਤੋਂ ਬਾਅਦ ਸੋਚਿਆ ਹੁਣ ਵੀ ਬਚ ਗਏ ਹੁਣ ਕਿੱਧਰ ਜਾਵਾਂਗੇ ਫਿਰ ਇਦਾਂ ਕਰਕੇ ਫਿਰ ਚਲ ਅੱਛਾ ਉਹ ਵੀ ਯੂਨੀਵਰਸਿਟੀ ਚਲੇ ਗਏ ਬਹੁਤ ਕੁਝ ਦੇਖਿਆ ਉੱਥੇ ਇਦਾਂ ਕਿ ਮੈਂ ਸਭ ਤੋਂ ਵੱਡੀ ਚੀਜ਼ ਦੇਖੀ ਆ ਪਿੰਗਰਵੜੇ ਚ ਹੂੰ ਕਿ ਉੱਥੇ ਇਦਾਂ ਦੇ ਪਰਸਨ ਆ ਜਿਨ੍ਹਾਂ ਦੇ ਘਰ ਵਾਲੇ ਵੀ ਉਹਨਾਂ ਨੂੰ ਉੱਥੇ ਛੱਡ ਜਾਂਦੇ ਆ ਅੰ ਮਤਲਬ ਮੈਂ ਇਹ ਸੋਚ ਕੇ ਕਿ ਮੇਰੇ ਘਰ ਵਾਲੇ ਤਾਂ ਮੇਰੇ ਨਾਲ ਹੀ ਅਤੇ ਮੈਂ ਹੀ ਕੰਮ ਕਰ ਤੋ ਕੀਤਾ ਹੈ ਨਾ ਤੇ ਮਤਲਬ ਕਿ ਉਹਨਾਂ ਦੇ ਘਰ ਉਹ ਫੇਰ ਵੀ ਜ਼ਿੰਦਗੀ ਜਾਰੀ ਹੈ ਤੇ ਬਲੈ ਇਦਾਂ ਦੇ ਉਹਨਾਂ ਦੇ ਘਰ ਵਾਲਿਆਂ ਨੇ ਉਹਨਾਂ ਨੂੰ ਕਿਹਾ ਵਾ ਕਿ ਅਸੀਂ ਇਹਨਾਂ ਨੂੰ ਨਹੀਂ ਪਾਲ ਸਕਦੇ ਤਾਂ ਬੀਬੀਂਦਰ ਕੋ ਇੰਦਰਜੀਤ ਕੋ ਉਹਨਾਂ ਨੂੰ ਪਾਲ ਰਿਹਾ ਤੇ ਹੁਣ ਫਿਰ ਚਲੋ ਹੁਣ ਸੁਸਾਇਡ ਕਰਨ ਦਾ ਪ੍ਰੋਗਰਾਮ ਤਾਂ ਨਹੀਂ ਕੋਈ ਨਹੀਂ ਨਹੀਂ ਹੁਣ ਨਹੀਂ ਕਰਦੇ ਤਾਂ ਤਾਂ ਹੋ ਗਈ ਜੀ ਗਲਤੀ ਇਦਾਂ ਹੁੰਦਾ ਹੈ ਕਈ ਵਾਰ ਤੁਹਾਨੂੰ ਦੱਸਦੀਆਂ ਨਾ ਹੋ ਜਾਂਦਾ ਲਾਈਫ 'ਚ ਪਹਿਲਾਂ ਨਹੀਂ ਪਤਾ ਕਿ ਮੈਂ ਕਿਹੜਾ ਕਿਤੇ ਬਾਹਰ ਅੰਦਰ ਗਈ ਸੀ ਇਦਾਂ ਇਹ 7 ਸਾਲ ਲੱਕੀ ਜਗ੍ਹਾ ਤੇ ਹੁਣ ਮੈਂ 7 ਸਾਲ ਬਾਅਦ ਸਟੱਡੀ ਸ਼ੁਰੂ ਕੀਤੀ ਹੈ ਪਹਿਲੇ ਤਾਂ ਮੈਨੂੰ ਉੱਥੇ ਜਾ ਕੇ ਵੀ ਬਹੁਤ ਪ੍ਰੋਬਲਮ ਹੋਈ ਸੀ ਕਾਲਜ ਤੇ ਗਈ ਸੀ ਕਿਉਂਕਿ ਮੈਂ 7 ਸਾਲ ਤੱਕ ਤੱਕ ਕਿਤਾਬਾਂ ਦੇਖਿਆ ਹੀ ਨਹੀਂ ਤੇ ਜਦੋਂ ਮੈਂ ਉੱਥੇ ਗਈ ਆ ਤਾਂ ਜਾ ਕੇ ਜਦ ਦੇਖਦਮ ਕਿਤਾਬਾਂ ਦੇਖਿਆ ਤੇ ਮੈਂ ਸੀ ਅਗਸਤ ਮਹੀਨੇ ਚ ਸਟੱਡੀ ਸ਼ੁਰੂ ਹੋ ਜਾਂਦੀ ਆ ਮੈਂ ਅਕਤੂਬਰ ਚ ਗਈ 2-3 ਮਹੀਨੇ 延迟 ਗਈ ਫਿਰ ਵੀ ਜਾ ਕੇ ਮੈਂ ਐਗਜ਼ਾਮ ਦੇ ਦਿੱਤੇ ਪਾਸ ਹੋ ਗਈ ਫਿਰ ਇਹ ਜਿੰਨਾ ਕਰ ਸਕਦੇ ਮਿਹਨਤ ਕਰਾਂਗੀ ਤਾਂ ਹੋਰ ਵੀ ਹੋ ਜਾ ਜੀ ਹਾਂਜੀ ਤਾਂ ਵਧੀਆ ਗੱਲ ਹੈ ਕਿ ਮਿਹਨਤ ਕਰੋ ਤੇ ਕੁਝ ਨਾ ਕੁਝ ਚੰਗਾ ਕਰੋ ਹਾਂਜੀ ਹਾਂਜੀ